ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਆਪਾਂ ਤੁਹਾਨੂੰ 9 ਕਟੀਆਂ ਸੇਲ ਵਾਸਤੇ ਨੇ ਪਹਿਲਾਂ ਵੀ ਆਪਾਂ ਪਿੱਛੇ ਜੇ ਵੀਡੀਓ ਪਾਈ ਸੀ ਲੁਧਿਆਣਾ ਹੈ ਬੋਲ ਡੈਰੀ ਕੰਪਲੈਕਸ ਉੱਥੇ ਹੀ ਨੇ ਇਹ ਕਟੀਆਂ ਲਗਭਗ ਸੇਲ ਵਾਸਤੇ ਨੌਂ ਦੀਆਂ 9 ਕਟੀਆਂ ਮੰਨ ਕੇ ਚੱਲੋ ਵੀ ਲਗਭਗ 4-5 ਕਟੀਆਂ ਬਿਲਕੁਲ ZB ਲੈਕ ਨੇਜ ਕੱਲੀ-ਕੱਲੀ ਤੁਹਾਨੂੰ ਡਿਟੇਲ ਦੱਸਾਂਗੇ ਤੇ 15 ਕਿਲੋ ਤੋਂ ਲਗਭਗ ਦੁੱਧ ਦੇਣ ਵਾਲੀਆਂ ਉੱਤੇ ਜਿਹੜੀਆਂ 15 ਕਿਲੋ ਦੁੱਧ ਉੱਤੇ ਦੁੱਧ ਦੇਣ ਵਾਲੀਆਂ ਮੱਝਾਂ ਉਹਨਾਂ ਦੀਆਂ ਕਟੀਆਂ ਨੇ ਕਿਉਂ ਵੀਰ ਕੋਲ ਕੋਈ 15 ਕਿਲੋ ਤੋਂ ਘੱਟ ਮੱਝ ਵੀ ਹੈ ਨਹੀਂ ਤੁਸੀਂ ਡੈਰੀ ਚ ਦੇਖ ਵੀ ਸਕਦੇ ਹੋ ਤੇ ਥੋੜੀਆਂ ਸਾਮ ਸੰਭਾਲ ਜੇ ਲੋ ਜਿਆਦਾ ਜਿਵੇਂ 200 ਡੰਗ ਲਗਭਗ 2 250 ਡੰਗਰਾ ਵੀਰ ਕੋਲੇ ਉੱਥੇ ਸਾਮ ਸੰਭਾਲ ਵੀ ਘੱਟ ਹੁੰਦੀ ਹੈ ਜਿਹਾ ਜਿਹੀ ਸਾਮ ਸੰਭਾਲ ਪਰ ਬੱਚੇ ਲਗਭਗ ਹਰੇਕ ਤਿਆਰ ਕਰਦੇ ਨੇਗੇ ਇਹ ਇੱਕ ਨੰਬਰ ਵਾਲੀ ਕੱਟੀ ਹੈ ਤੁਸੀਂ ਮਿਲਕ ਵੇਨ ਵੀ ਦੇਖ ਸਕਦੇ ਹੋ ਕਿਵੇਂ ਉੱਬਰ ਕੇ ਬਾਹਰ ਆ ਰਹੀ ਹੈ ਛੋਟੀ ਕੱਟੀ ਦੇ ਵੀ ਥਣ ਵੀ ਤੁਸੀਂ ਦੇਖ ਸਕਦੇ ਹੋ ਥੋੜੀ ਜੀ ਪੂਛ ਚਿੱਟੀ ਹੈ ਦੀ ਲਗਭਗ 9 ਕਿ ਜੰਨੀ ਪੂਛ ਲਗਭਗ 2-4 ਕਬਾਲ ਚਿੱਟੇ ਨੇਗੇ ਥੱਲੇ ਛੋਟਾ ਸਿੰਗਾ ਤੁਸੀਂ ਕੱਦ ਪਿੱਠ ਫੂੜਾ ਵੀ ਦੇਖ ਸਕਦੇ ਹੋ ਇਹ 2 ਨੰਬਰ ਵਾਲੀ ਕੱਟੀਆਂ ਤੁਸੀਂ ਕੱਲੀ ਕੱਲੀ ਦੀ ਡਿਟੇਲ ਦੱਸਾਂਗੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਆਪਾਂ ਤੋਂ ਵੀਰ ਹੁਣ ਵੀ ਮੱਝਾਂ ਲਗਾਏ ਨੇ ਇੱਕ ਦੇਲੇ 16-17 ਕਿਲੋ ਦੁੱਧ ਸੀ ਇੱਕ ਥੱਲੇ 18-19 ਕਿਲੋ ਦੁੱਧ ਸੀਗਾ ਸਾਰੀਆਂ ਮੱਝਾਂ ਗਣ ਕੇ ਚੱਲੋ ਵੀ 8-9-9-10 ਮੱਝਾਂ ਲਗਭਗ ਆਪਾਂ ਤੋਂ ਲੈ ਕੇ ਹੋਣਗੇ ਪਹਿਲਾਂ ਵੀ ਵੀਰ ਨੇ ਵਧੀਆ ਦਿਖਾਗੇ ਅਸੀਂ ਆਪਾਂ ਨੂੰ ਪਹਿਲਾਂ ਵੀ ਵੀਰ ਨੇ ਵਧੀਆ ਕੱਟੀਆਂ ਹੋਰ ਵੀ ਤਿਆਰ ਕਰੀ ਜਾਂਦੇ ਨੇ ਤੁਸੀਂ ਕੱਲੀ ਕੱਲੀ ਕੱਟੀ ਦੀ ਡਿਟੇਲ ਵੀ ਦੱਸੀ ਹੋ ਤੇ ਨੰਬਰ ਵੀ ਲੱਗੇ ਹੋਏ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਐਂਡ ਤੇ ਇਹਨਾਂ ਦਾ ਪੂਰਾ ਐਡਰੈਸ ਵੀ ਦੱਸਿਆ ਹੋਇਆਗਾ ਪੂਰਾ ਵੀਡੀਓ ਦੇ ਬਿਲਕੁਲ ਐਂਡ 'ਚ ਆ ਪੂਰਾ ਐਡਰੈਸ ਦੱਸਿਆ ਹੋਇਆਗਾ ਇਹ ਤੇ ਨੰਬਰ ਵਾਲੀ ਕੱਟੀ ਆ ਗਈ ਤੁਸੀਂ ਮਿਲ ਕੇ ਵੇਣ ਵੀ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਕੱਟੀ ਦੀ ਦਿਖਾਉਣ ਦੀ ਕੋਸ਼ਿਸ਼ ਕਰੀ ਹੋਈ ਆ ਕਿਵੇਂ ਉੱਭਰ ਕੇ ਬਾਹਰ ਆ ਰਹੀ ਆ ਕੋਈ ਇਹ ਨਹੀਂ ਹੈਗਾ ਵੀ ਆਪਾਂ ਦੇਖੋ ਵੀਡੀਓ ਦਾ ਕਦੇ ਕਿਸੇ ਤੋਂ ਨਾ ਤਾਂ ਕੋਈ ਰੁਪਈਆ ਲੈਣਾ ਆਪਾਂ ਇਹਨੂੰ ਵੀਰ ਨੂੰ ਕਹਿੰਦਾ ਵੀ ਜੇ ਕੋਈ ਚੰਗੀ ਕਟੀਆਂ ਨੇ ਪਾ ਪਿੱਛੇ ਵੀ ਪਾਈਆਂ ਸੀਗੀਆਂ ਚੰਗੀਆਂ ਗਟੀਆਂ ਪਰ ਇਹ ਨਹੀਂ ਹੈਗਾ ਵੀ ਦੁੱਧ ਨੂੰ ਕੋਈ ਵੀ ਘੱਟ ਨਿਕਲ ਜੂ ਐ ਮੰਨ ਕੇ ਚਲੋ 14-15 ਕਿਲੋ ਤੋਂ ਦੁੱਧ ਤੋਂ ਕੋਈ ਘੱਟੀ ਨਹੀਂ ਘਟਣਗੀਆਂ ਵਿੱਚ ਇਹਨਾਂ ਨੇ ਵੀਰ ਨੇ ਐ ਮੰਨ ਕੋ ਸੀਮਣ ਵੀ ਬਹੁਤ ਟਾਪ ਦੇ ਵਿੱਚ ਸ਼ਕੰਦਰ ਦੇ ਜਿਵੇਂ ਪਹਿਲਾਂ ਹੋਰ ਠੀਕੇ ਐ ਐਲ ਡੀ ਐਫ ਡੈਰੀ ਫਾਰਮ ਵਾਲੇ ਕਈ ਠੀਕੇ ਇਹਨਾਂ ਨੇ ਵਿੱਚ ਲਵਾਏ ਹੋਏ ਨੇ ਵੀ ਮੈਂ ਪਹਿਲਾਂ ਚੰਗੇ ਤੋਂ ਚੰਗਾ ਸਿਲੰਡਰ ਵੀ ਵੀਰ ਕੋਲੇ ਆਪਣਾ ਆਪ ਦਾ ਤਰ੍ਹਾਂ ਹੋਇਆਗਾ ਹੁਣ ਵੀ ਐ ਮੰਨ ਕੇ ਚਲੋ ਵੀਰ ਨੂੰ ਏ ਬੀ ਸੀ ਆਂਧਰਾ ਅੰਦਰ ਵਾਲੇ ਦੇ ਘਟੋ ਘਟ 25-30000 ਰੁਪਏ ਦੇ ਹੁਣ ਵੀ ਸੀਮਣ ਦਵਾਏ ਨੇ ਇਹਨੂੰ ਵਧੀਆ ਟਾਪ ਦੇ ਜਿ ਵਧੀਆ ਮਿਲੂਗਾ ਤੇ ਆਉਣ ਵਾਲੇ ਸਮੇਂ 'ਚ ਕਟੀਆਂ ਹੋਰ ਵੀ ਤੁਹਾਨੂੰ ਖਰੀਦਣ ਵਾਸਤੇ ਜਾਂ ਮਿਲਣਗੀਆਂ ਵਧੀਆ ਏ ਬੀ ਸੀ ਸੀ ਮੰਨਿਆ ਤੁਹਾਨੂੰ ਪਤਾ ਵੀ ਲੱਗ ਭਾਗ 18 20 ਕਿਲੋ ਤੋਂ ਕੋਈ ਘੱਟ ਬੋਲ ਨਹੀਂ ਹੈਗਾ ਕੱਲੀ ਕੱਲੀ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਹਾਂ ਕੱਟੀਆਂ ਦੇ ਉੱਤੇ ਨੰਬਰ ਵੀ ਲੱਗ ਭਾਗ ਕੋਸ਼ਿਸ਼ ਕਰਿਆ ਹੋਇਆ ਪਰ ਸਾਂ ਅਜ ਨਮਾਈਆਂ ਵੀ ਹੈ ਨਹੀਂ ਕਟੀਆਂ ਥੋੜੀਆਂ ਜੀ ਵੀਰ ਨੇ ਬਾਹਰ ਫਾਰਮ ਕਰ ਲਿਆ ਸੀ ਉੱਥੇ ਥੋੜਾ ਪਾਣੀ ਦੇਜਣਾ ਪ੍ਰਬੰਧ ਹੈ ਨਹੀਂ ਸੀਗਾ ਕੱਲੀ ਕੱਲੀ ਕੱਟੀ ਦੀ ਤੁਹਾਨੂੰ ਡਿਟੇਲ ਵੀ ਐ ਮੰਨ ਕੇ ਚਲੋ ਕੱਲੀ ਕੱਲੀ ਕੱਟੀ ਦੀ ਡਿਟੇਲ ਵੀ ਤੁਹਾਨੂੰ ਵੀਰ ਦੱਸ ਦੂਗਾ ਤੁਸੀਂ ਫੋਨ ਤੇ ਕੰਟੈਕਟ ਕਰ ਸਕਦੇ ਬਿਲਕੁਲ ਵਿੱਚ ਚਾਰ ਪੰਜ ਕਟੀਆਂ ਬਿਲਕੁਲ ਜੈਡ ਬਲੈਕ ਨੇ ਜਿਵੇਂ 6 ਨੰਬਰ ਵਾਲੀ ਕਟੀ ਵੀ ਬਿਲਕੁਲ ਜੈਡ ਬਲੈਕ ਆ ਲੱਗ ਭਗ ਸ਼ਾਮ ਸਮਾਲ ਥੋੜੀ ਜੀ ਡੈਰੀ ਤੁਹਾਨੂੰ ਪਤਾ ਵੀ ਲੱਗ ਭਗ ਘਟੂਨੀ ਮਿਲਕ ਬੇਣ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਬਨ ਕੇ ਉੱਬਰ ਕੇ ਬਾਹਰ ਆ ਰਹੀ ਹੈਗੀ ਥਣ ਤੁਹਾਨੂੰ ਵੀ ਤੁਹਾਨੂੰ ਚਾਰੇ ਥਣ ਕਿਵੇਂ ਕੱਢੀ ਕੱਢੀ ਕੱਟੀ ਦਾ ਥਣ ਦਿਖਾਉਣ ਦੀ ਕੋਸ਼ਿਸ਼ ਕਰੀ ਹੋਈ ਆ ਇਹ ਦੇਖੋ ਉੱਪਰ ਇਹਨਾਂ ਥੋੜੀ ਜਿਹੀ ਖੁਰਕ ਵੀ ਪੈ ਰਹੀਆਂ ਕਟੀਆਂ ਜਿਵੇਂ ਸ਼ਾਮ ਸਮਾਲ ਦੀ ਨਹੀਂ ਬਿਲਕੁਲ ਜੈਡ ਬਲੈਕ ਆ ਪਰ ਫਿਰ ਵੀ ਇਹ ਨਹੀਂ ਹੈਗਾ ਵੀਰ ਨੇ ਵੀ ਜਿਵੇਂ ਕੋਈ ਕੱਟੀ ਜਾਂ ਛੋਟੂ ਕਟਰੀ ਜਮੈਂਟ ਡੈਰਿੰਗ ਵਾਲੇ ਉਹਦੀ ਵੇਚ ਦਿੰਦੇ ਨੇ ਕੋਈ 2000 ਦਾ 2500 ਦਾ ਵੇਚ ਦਿੰਦਾ ਕਦੇ ਅਜੇ ਤੱਕ ਵੀਰ ਨੇ ਬੱਚਾ ਨਹੀਂ ਵੇਚਿਆ ਹੈਗਾ ਵਧੀਆ ਆਪ ਹੀ ਤਿਆਰ ਕਰਦਾ ਹੈਗਾ ਜਿਵੇਂ ਜੀ ਚਲੋ ਡੈਡੀ ਜੀ ਸਾਮ ਸੰਭਾਲਉਂਦੀ ਹੋਈਆਂ ਵਧੀਆ ਤਿਆਰ ਕਰਦਾ ਹੈਗਾ ਤੇ ਕੱਟੇ ਵੀ ਵੀਰ ਇੱਕ ਦੋ ਤਿਆਰ ਕਰ ਰਿਹਾ ਇੱਕ 24 25 ਕਿਲੋ ਦੁੱਧ ਵਾਲੀ ਮੱਝ ਦਾ ਕੱਟਾਗਾ ਆਪਾਂ ਨਹੀਂ ਦਿੱਤਾ ਸੀਗਾ ਵੀਰ ਉਹ ਵੀ ਤਿਆਰ ਕਰੀ ਜਾਂਦਾ ਮਹਿੰਗਾ ਵੀ ਕੱਟਾ ਨਹੀਂ ਪੂਰਾ ਵੀਰ ਨੇ ਲੈਤਾ ਸੀ ਪੈਸੇ ਲਾ ਕੇ ਨਹੀਂ ਜਿਹੜੇ ਬੰਦੇ ਨੇ ਉਹ ਐ ਮੰਨ ਕੇ ਚਲੋ ਜੇ ਸ਼ੌਂਕ ਦਾ ਬਲੱਡ ਲੈਣ ਤਿਆ ਆਉਣ ਵਾਲੇ ਸਮੇਂ 'ਚ ਵੀਰ ਨੂੰ ਹੁਣ ਅੰਦਰ ਦਾ ਸੀਮਨ ਵੀ ਦਵਾਇਆ ਆਪਾਂ ਕਾਫੀ ਜਿਆਦਾ ਮਾਤਰਾ 'ਚ ਆਉਣ ਵਾਲੇ ਸਮੇਂ 'ਚ ਹੋਰ ਜਿਵੇਂ ਸਾਲ 2 ਸਾਲਾਂ ਤੱਕ ਹੋਰ ਕੱਟੀਆਂ ਆਪਾਂ ਤੁਹਾਨੂੰ ਵਧੀਆ ਟੋਪ ਦੇ ਸੀਮਨ ਦੇ ਲੱਗਪਗ ਇਹਨਾਂ ਵੀਰ ਕੋਲੋਂ ਜਿਵੇਂ ਸੇਲ ਕਰਦੇ ਨੇ ਇਹ ਕੱਟੀਆਂ ਵਿੱਚ ਹੋ ਜਾਂਦੇ ਨੇ ਵਿੱਚ ਤਿਆਰ ਵੀ ਕਰ ਲੈਂਦੇ ਨੇ ਇਹ ਹੁਣ ਨਾਲ ਕੱਟਾ ਵੀ ਖੜਾ ਤੁਸੀਂ ਦੇਖ ਸਕਦੇ ਹੋ ਇਹ ਵੀ ਘਟੋ ਘਟਾ 14-15 ਲੀਟਰ ਮੱਝ ਦਾ ਕੱਟਾ ਜਿਹੜਾ ਵੀਰ ਤਿਆਰ ਕਰ ਰਹੇ ਨੇ ਕਈ ਘੱਟੇ ਤਿਆਰ ਕਰ ਰਹੇ ਨੇ ਇਹ ਕਹਿਣ ਦਾ ਭਾਵ ਇਹ ਆ ਵੀਰ ਵੀ ਜਿਹੜੇ ਵੀ ਰਿਜ਼ਲਟ ਵਧੀਆ ਨਿਕਲੂ ਵੀ ਉਹ ਦੋ ਕੱਟੇ ਰੱਖ ਲਾਂਗੇ ਦੋ ਚਾਰ ਬਾਕੀ ਰੇਟ ਵਾਰ ਇਹਨਾਂ ਕਟੀਆਂ ਦਾ ਮੰਨ ਕੇ ਚਲੋ 13-14000 ਰੁਪਏ ਤੋਂ ਲਗਭਗ ਸਟਾਰਟ ਹੋਗੇ ਤੇ 25000 ਰੁਪਏ ਤੱਕ ਲਗਭਗ ਕਟੀਆਂ ਦਾ ਰੇਟ ਆ ਬਾਕੀ ਤੁਸੀਂ ਵੀਰ ਨਾਲ ਸਕਰੀਨ ਨੰਬਰ ਨੰਬਰ ਸਕਰੀਨ ਤੇ ਦਿੱਤਾ ਹੋਇਆ ਕੰਟੈਕਟ ਕਰ ਸਕਦੇ ਹੋ ਇਹ ਵੀਰ ਕੋਲੇ ਨੇ ਕਟੀਆਂ ਸਾਰੀਆਂ ਵਧੀਆ ਪੂਰਾ ਬਰੀਡ ਤੇ ਲਗਭਗ ਕੰਮ ਕਰ ਰਿਹਾ ਹੈਗਾ ਇਹ ਪੂਰਾ ਡਰੈਸ ਵੀ ਇਹਦਾ ਆਪਾਂ ਦਿੱਤਾ ਹੋਇਆ ਪਿੱਛੇ ਤੇ ਕੱਟੇ ਵੀ ਵੀਰ ਇੱਕ ਦੋ ਯਾਰ ਨਾਲ ਇੱਕ ਹੋਰ ਗੱਲ ਆ ਜਿਵੇਂ ਡੈਰੀ ਵਾਲੇ ਮੱਝ ਖਰਚਾ ਪੈਂਦਾ ਹੁੰਦਾ ਜਿਵੇਂ ਕੋਈ ਵੱਧ ਦੁੱਧ ਵਾਲੀ ਮੱਝਾ ਰਿਪੀਟ ਹੋਗੀ ਦੁੱਧ ਨਹੀਂ ਦੇ ਇਹ ਕੱਟਾ ਵੀ ਦੇਖੋ ਤੁਸੀਂ 24 ਕਿਲੋ ਦੁੱਧ ਦਾ ਰਿਕਾਰਡ ਆ ਇਹਦਾ ਇਹ ਵੀ ਵੀਰ ਤਿਆਰ ਕਰੇ ਜਿੰਮੇ ਕੋਈ ਮੱਝ ਜ਼ਿਆਦਾ ਦੁੱਧ ਦਿੰਦੀ ਆ ਰੀਟ ਹੋ ਜਾਂਦੀ ਆ ਵੀ ਦੁੱਧ ਨਹੀਂ ਦੁੱਧ ਹਟ ਵੀ ਜਾਂਦੇ ਫੇਰ ਵੀ ਵੀਰ ਨੇ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਗੱਭਰ ਰਹੇ ਜੇ ਨਹੀਂ ਡੈਰੀ ਵਾਲਾ ਉਹਦੀ ਵੇਚਣ ਦਾ ਲਗਭਗ ਇਹ ਐਡਰੈਸ ਆ ਪੂਰਾ ਵੀਰ ਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ